ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਸਾਰੇ ਹੀ ਕੰਪੀਟੀਟਿਵ ਇਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ 68th ਨੈਸ਼ਨਲ ਫਿਲਮ ਅਵਾਰਡਸ 2022 ਨਾਲ रिलेटेड ਆਪਣੇ ਕੋਲ ਜਿੰਨੇ ਵੀ ਮਹੱਤਵਪੂਰਨ MCQ ਬੰਦੇ ਹਨ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੁਹਾਨੂੰ ਵੀ ਪਤਾ ਹੈ ਆਪਣੇ ਪੰਜਾਬ ਦੇ ਜਿੰਨੇ ਵੀ ਪੇਪਰ ਕੰਡਕਟ ਕਰਵਾਏ ਜਾਂਦੇ ਹਨ ਤਾਂ ਉਹਨਾਂ ਵਿੱਚੋਂ ਕਰੰਟ ਦੇ ਜਿਹੜੇ ਕੁਸ਼ਨ ਹਨ ਉਹ ਵੀ ਪੁੱਛਲੇ ਜਾਂਦੇ ਹਨ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਸਾਰੇ ਵਿਦਿਆਰਥੀਆਂ ਨੂੰ ਰਿਕੁਐਸਟ ਹੈ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਅਤੇ ਐਂਡ ਤੱਕ ਜਰੂਰ ਦੇਖਣਾ ਹੈ ਬਾਕੀ ਜਿਹੜੇ ਵਿਦਿਆਰਥੀ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਐਡ ਸਟੱਡੀ ਨੋਟਸ ਲੈਣ ਦੇ ਲਈ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 95173 डबल 4 5 डबल 4 ਇਸ ਰੰਭਰ ਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ WhatsApp ਦੇ थ्रू ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਨੋਟਸ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਤਾਂ ਹੁਣ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਕੁਸ਼ਣ ਦਿੱਤਾ ਗਿਆ ਪਹਿਲਾਂ ਤੁਸੀਂ ਇਹੇ ਕੁਸ਼ਣ ਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਸੋਚਣਾ ਹੈ ਰਾਸ਼ਟਰੀ ਫਿਲਮ ਅਵਾਰਡ ਦੀ ਜਿਹੜੀ ਸ਼ੁਰੂਆਤ ਹੈ ਕਦੋਂ ਹੋਈ ਸੀ ਅ ਜੀ ਨੈਸ਼ਨਲ ਫਿਲਮ ਅਵਾਰਡਸ ਦੀ ਜਿਹੜੀ ਸ਼ੁਰੂਆਤ ਹੈ ਕਦੋਂ ਹੋਈ ਸੀ ਤਾਂ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਅੱ 1954 ਦੇ ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਦੀ ਸ਼ੁਰੂਆਤ ਹੋਈ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ 2022 ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਦਾ ਕਿੰواں ਸੰਸਕਰਨ ਸੀਗਾ ਕਈ ਵਾਰ ਐਗਜ਼ਾਮ ਵਿੱਚ ਸੰਸਕਰਨ ਵੀ ਪੁੱਛ ਲਿਆ ਜਾਂਦਾ ਹੈ ਕਿ ਰਾਸ਼ਟਰੀ ਫਿਲਮ ਪੁਰਸਕਾਰ ਦਾ ਜਿਹੜਾ ਸੰਸਕਰਨ ਹੈ ਇਹ ਕਿੰਨਵਾ ਸੀ ਤਾਂ ਤੁਸੀਂ ਆਨਸਰ ਠੀਕ ਕਰਕੇ ਆਉਣਾ 68 68ਵਾਂ ਸੀਗਾ ਸੰਸਕਰਨ ਇਸ ਦਾ ਰਾਸ਼ਟਰੀ ਫਿਲਮ ਪੁਰਸਕਾਰ 2022 ਵਾਲਾ ਤਾਂ ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਦੋ ਆਪਣੇ ਕੋਲ ਆਪਸ਼ਨ ਸੀ ਐਡਿਕਾ ਤੋਂ ਪ੍ਰਦਾਨ ਕੀਤੇ ਗਏ ਸਨ 22 ਜੁਲਾਈ 2022 ਨੂੰ ਠੀਕ ਹੈ ਆਸਾਨੀ ਨਾਲ ਯਾਦ ਰੱਖ ਸਕਦੇ ਹੋ 22 ਜੁਲਾਈ 2022 ਪ੍ਰਦਾਨ ਕੀਤੇ ਗਏ ਸਨ ਨੈਕਸਟ ਰਾਸ਼ਟਰੀ ਫਿਲਮ ਪੁਰਸਕਾਰ ਕਿਹੜੀ ਸੰਸਥਾ ਵੱਲੋਂ ਦਿੱਤੇ ਜਾਂਦੇ ਹਨ ਸੋ ਆਪਣੇ ਕੋਲ ਸੰਸਥਾ ਪੁੱਛੀ ਗਈ ਹੈ ਕਿਹੜੀ ਸੰਸਥਾ ਵੱਲੋਂ ਦਿੱਤੇ ਜਾਂਦੇ ਹਨ ਤਾਂ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਸੂਚਨਾ ਪ੍ਰਸਾਰਣ ਮੰਤਰਾਲਾ ਸੂਚਨਾ ਪ੍ਰਸਾਰਣ ਮੰਤਰਾਲਾ ਜਿਹੜਾ ਤਾਂ ਏ ਦੇ ਰਾਈ ਰਾਸ਼ਟਰੀ ਫਿਲਮ ਪੁਰਸਕਾਰ ਦਿੱਤੇ ਜਾਂਦੇ ਹਨ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਣੇ ਕੋਲ ਇਗਜ਼ਾਮ ਵਿੱਚ ਕਈ ਵਾਰ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਮੰਤਰੀ ਵੀ ਪੁੱਛ ਲਿਆ ਜਾਂਦਾ ਹੈ ਤਾਂ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਅਨੁਰਾਗ ਅਨੁਰਾਗ ਠਾਕੁਰੂ ਠੀਕ ਹੈ ਅਨੁਰਾਗ ਠਾਕੁਰ ਇਹ ਇਸ ਦੇ ਮੰਤਰੀ ਹਨ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਜੇਕਰ ਵੀਡੀਓ ਹਾਰਫੁਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਅੱਗੇ ਆਪਣੇ ਕੋਲ ਕੁਸ਼ਣ ਪੁੱਛਿਆ ਗਿਆ 88ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸਰਵ ਉੱਤਮ ਅਭਿਨੇਤਾ ਦਾ ਖਿਤਾਬ ਕਿਸ ਨੇ ਜਿੱਤਿਆ ਆਹ ਕੁਸ਼ਨ ਇਗਜ਼ਾਮ ਦੇ ਵਿੱਚ ਜ਼ਰੂਰ ਆ ਸਕਦਾ ਸੋ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਇਸ ਵੀਡੀਓ ਦਾ ਸਭ ਤੋਂ ਮਹੱਤਵਪੂਰਨ ਕੁਸ਼ਸ਼ਨ ਤੁਸੀਂ ਇਹ ਕਹਿ ਸਕਦੇ ਹੋ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਬੀ ਅਤੇ ਸੀ ਦੋਨੋਂ ਬੀ ਅਤੇ ਸੀ ਦੋਨੋਂ ਯਾਨੀ ਕਿ ਅਜੇ ਦੇਵਗਾਨ ਅਤੇ ਸੂਰੀਆ ਤਾਂ ਇਹਨਾਂ ਦੋਨਾਂ ਨੂੰ ਸਰਵ ਉੱਤਮ ਅਭਿਨੇਤਾ ਦਾ ਖਿਤਾਬ ਦਿੱਤਾ ਗਿਆ ਤਾਂ ਡੀ ਇੱਥੇ ਸਹੀ ਆਨਸਰ ਬਣੇਗਾ ਸੂਰੀਆ ਨੂੰ ਇਹ ਅਵਾਰਡ ਸੂਰ ਰਾਈ ਪੋਰਟੋ ਫਿਲਮ ਦੇ ਲਈ ਦਿੱਤਾ ਗਿਆ ਸੀਗਾ ਐਂਡ ਅਜੀ ਦੇ ਵਿਗਾਨ ਨੂੰ ਇਹ ਵਾਰਡ ਤਾਨਾ ਹਾਜੀ ਦਾ ਅਨਸੰਗ ਵਾਰੀਅਰ ਫਿਲਮ ਦੇ ਲਈ ਇਹ ਵਾਰਡ ਦਿੱਤਾ ਗਿਆ ਸੀਗਾ ਇੱਥੇ ਜਿਹੜੀਆਂ ਫਿਲਮਾਂ ਮੈਂਸ਼ਨ ਕੀਤੀਆਂ ਹੋਈਆਂ ਹਨ ਤਾਂ ਇਹਨਾਂ 'ਤੇ ਵੀ ਤੁਸੀਂ ਧਿਆਨ ਵਿੱਚ ਜਰੂਰ ਰੱਖਣਾ ਹੈ ਫਿਲਮਾਂ ਵੀ ਕਈ ਵਾਰ ਇਗਜ਼ਾਮ 'ਚ ਪੁੱਛ ਲੀਆਂ ਜਾਂਦੀਆਂ ਹਨ ਨੈਕਸਟ ਆਪਾਂ ਦੇਖਦੇ ਹਾਂ 2022 ਦੇ ਵਿੱਚ ਰਾਸ਼ਟਰੀ ਫਿਲਮ ਵਾਰਡ ਦੇ ਵਿੱਚ ਸਰਬਉੱਤਮ ਅਭਿਨੇਤਰੀ ਦਾ ਅਵਾਰਡ ਕਿਸ ਨੂੰ ਦਿੱਤਾ ਗਿਆ ਹੈ ਇਹ ਆਪਣੇ ਕੋਲ ਕੁਸ਼ਨ ਪੁੱਛਿਆ ਗਿਆ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ 5 ਦਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ ਯਾਨੀ ਕਿ ਅਪਰਨਾ ਬਾਲਾ ਮੁਰਲੀ ਅਪਰਨਾ ਬਾਲਾ ਮੁਰਲੀ ਨੂੰ ਇਹ ਵਾਰਡ ਦਿੱਤਾ ਗਿਆ ਸਰਵਉਤਮ ਅਭਿਨੇਤਰੀ ਦਾ ਠੀਕ ਹੈ ਤਾਂ ਇਸ ਨੂੰ ਕਿਹੜੀ ਫਿਲਮ ਦੇ ਲਈ ਦਿੱਤਾ ਗਿਆ ਸੀ ਉਹੀ ਫਿਲਮ ਹੈ ਸੂਰ ਰਾਈ ਪੋਰਟੋ ਠੀਕ ਹੈ ਸੂਰ ਰਾਈ ਪੋਰਟੋ ਫਿਲਮ ਦੇ ਲਈ ਇਹਨਾਂ ਨੂੰ ਇਹ ਵਾਰਡ ਦਿੱਤਾ ਗਿਆ ਸੀਗਾ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਸਰਵਉਤਮ ਫੀਚਰ ਫਿਲਮ ਦਾ ਕਿਤਾਬ ਕਿਸ ਨੂੰ ਮਿਲਿਆ ਫੀਚਰ ਫਿਲਮ ਆਪਣੇ ਕੋਲ ਪੁੱਛੀ ਗਿਆ ਆ ਵੀ ਕੁਸ਼ਨ ਇਗਜ਼ਾਮ ਚ ਬਣ ਸਕਦਾ ਹੈ ਵੈਸੇ ਜਿੱਤੇ ਵੀ ਮੈਂ ਕੁਸ਼ਨ ਇਨਕਲੂਡ ਕੀਤੇ ਹਨ ਸਾਰਿਆਂ ਨੂੰ ਤੁਸੀਂ ਯਾਦ ਰੱਖਣਾ ਹੈ ਹਾਂਜੀ ਨੈਕਸਟ ਆਪਾਂ ਮੂਵ ਕਰਦੇ ਹਾਂ ਸੂਰ ਰਾਈਪੋਰਟੂ ਫਿਲਮ ਕਿਹੜੀ ਭਾਸ਼ਾ ਦੀ ਫਿਲਮ ਹੈ ਹਿੰਦੀ ਉਰਦੂ ਤਾਮਿਲ ਜਾਂ ਤਿਆਲਗੋ ਤਾਂ ਇਹਦਾ ਆਪਣੇ ਕੋਲ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਤਾਮਿਲੋ ਸੁਰਾਈ ਪੋਰਟੋ ਜਿਹੜੀ ਫਿਲਮ ਹੈ ਕਿਹਦੀ ਪਾਸ਼ਾ ਦੀ ਫਿਲਮ ਹੈ ਇਹ ਤਾਮਿਲ ਪਾਸ਼ਾ ਦੀ ਫਿਲਮ ਹੈ ਅੱਗੇ ਇੱਕ ਹੋਰ ਪੁਆਇੰਟ ਮੈਂਸ਼ਨ ਕੀਤਾ ਵੇ ਬੈਸਟ ਡਾਇਰੈਕਟਰ ਅਵਾਰਡ ਕਿਸ ਨੂੰ ਮਿਲਿਆ ਹੈ ਸੁਰਾਈ ਫਿਲਮ ਦੇ ਲਈ ਤਾਂ ਇਹ ਮਿਲਿਆ ਸੂਦਾ ਕੋਂਗਰਾ ਪ੍ਰਸਾਦ ਨੂੰ ਠੀਕ ਹੈ ਸੂਦਾ ਕੋਂਗਰਾ ਪ੍ਰਸਾਦ ਨੂੰ ਸੁਰਾਈ ਪੋਰਟੋ ਫਿਲਮ ਦੇ ਲਈ ਬੈਸਟ ਡਾਇਰੈਕਟਰ ਅਵਾਰਡ ਮਿਲਿਆ ਯਾਨੀ ਕਿ ਨਿਰਦੇਸ਼ਕ ਦਾ ਵਾਰਡ ਮਿਲਿਆ ਤਾਂ ਇੱਥੇ ਸੀ ਸਹੀ ਆਨਸਰ ਬਣੇਗਾ ਨੈਕਸਟ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਸਰਵ ਉੱਤਮ ਨਿਰਦੇਸ਼ਕ ਦਾ ਖਿਤਾਬ ਕਿਸ ਨੂੰ ਮਿਲਿਆ ਉੱਤੇ ਫਿਲਮ ਨਾਲ ਮੈਂਸ਼ਨ ਕੀਤੀ ਇੱਥੇ ਓਨਲੀ ਨਿਰਦੇਸ਼ਕ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਦਾ ਆਪਣੇ ਕੋਲ ਸਹੀ ਆਨਸਰ ਬਣੇਗਾ 8 ਦਾ অপਸ਼ਨ ਨੰਬਰ A ਯਾਨੀ ਕਿ ਸਚਿਦਾਨੰਦ ਕ. ਰ. ਸਚਿਦਾਨੰਦ ਕ. ਰ. ਨੂੰ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਸਰਵ ਉੱਤਮ ਨਿਰਦੇਸ਼ਕ ਦਾ ਖਿਤਾਬ ਮਿਲਿਆ ਹੈ ਤਾਂ ਇਹ ਇੱਥੇ ਸਹੀ ਆਨਸਰ ਬਣੇਗਾ ਰਾਸ਼ਟਰੀ ਫਿਲਮ ਅਵਾਰਡ 22 ਵਿੱਚ ਮੋਸਟ ਫ੍ਰੈਂਡਲੀ ਫਿਲਮ ਸਟੇਟ ਅਵਾਰਡ ਕਿਸ ਨੂੰ ਮਿਲਿਆ ਸੋ ਇੱਥੇ ਗੱਲ ਕੀਤੀ ਗਈ ਹੈ ਆਪਣੇ ਕੋਲ ਸਟੇਟ ਦੀ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਆਪਣੇ ਕੋਲੋਂ ਇਹ ਬਣੇਗਾ ਮੱਧ ਪ੍ਰਦੇਸ਼ ਡੀ ਬਿਲਕੁਲ ਸਹੀ ਆਨਸਰ ਹੋਵੇਗਾ ਐਮ ਪੀ ਨੂੰ ਇਹ ਵਾਰਡ ਮਿਲਿਆ ਆਪਸ਼ਨ ਡੀ ਨੈਕਸਟ ਦੇਖਦੇ ਹਾਂ ਰਾਸ਼ਟਰੀ ਫਿਲਮ ਅਵਾਰਡ 2022 ਵਿੱਚ 베ਸਟ ਹਿੰਦੀ ਫਿਲਮ ਅਵਾਰਡ ਕਿਹੜੀ ਫਿਲਮ ਨੂੰ ਮਿਲਿਆ 베ਸਟ ਹਿੰਦੀ ਫਿਲਮ ਕੁਸ਼ਹਨ ਆਪਣੇ ਕੋਲ ਪੁੱਛਿਆ ਗਿਆ ਤਾਂ 10 ਤਾਂ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਤੁਲਸੀ ਦਾਸ ਜੂਨੀਅਰ ਤੁਲਸੀ ਦਾਸ ਜੂਨੀਅਰ ਇੱਕ ਪਿਕਚਰ ਹੈ ਜੋ ਕਿ ਹਿੰਦੀ ਫਿਲਮ ਦੀ ਹੈ ਤਾਂ ਇਸ ਨੂੰ 베ਸਟ ਆਪਣੇ ਕੋਲ ਹਿੰਦੀ ਫਿਲਮ ਅਵਾਰਡ ਪ੍ਰਦਾਨ ਕੀਤਾ ਗਿਆ ਤਾਂ ਸੀ ਇੱਥੇ ਸਹੀ ਆਂਸਰ ਬਣੇਗਾ ਆਪਸ਼ਨ ਸੀ ਠੀਕ ਹੈ ਇਹਦੇ ਜਿਹੜੇ ਨਿਰਦੇਸ਼ਕ ਸਨ ਉਹ ਸਨ ਮੈਂ ਤੁਹਾਨੂੰ ਮੈਂਸ਼ਨ ਕਰ ਦੇਣਾ ਮੁਰਦুল ਮੁਰਦਲ ਮਹਿੰਦਰਾ ਮੁਰਦਲ ਮਹਿੰਦਰਾ ਇਹਦੇ ਨਿਰਦੇਸ਼ਕ ਸਨ ਨਿਰਦੇਸ਼ਕ ਵੈਸੇ ਨਹੀਂ ਪੁੱਛੇ ਜਾਣਗੇ ਬਾਕੀ ਫਿਲਮ ਦਾ ਨਾਮ ਤੁਸੀਂ ਜਰੂਰ ਯਾਦ ਰੱਖਣਾ ਹੈ ਨੈਕਸਟ ਰਾਸ਼ਟਰੀ ਫਿਲਮ ਅਵਾਰਡ ਦੌਰ ਬਾਈ ਵਿੱਚ 베ਸਟ ਬੰਗਾਲੀ ਫਿਲਮ ਅਵਾਰਡ ਕਿਸ ਨੂੰ ਮਿਲਿਆ ਮਿਲਿਆ ਹੈ ਬੰਗਾਲੀ ਕੋਸ਼ਨ ਪੁੱਛਿਆ ਹੈ ਆਪਣੇ ਕੋਲ ਬੰਗਾਲੀ ਫਿਲਮ ਕਿਹੜੀ ਸੀਗੀ ਹਾਂਜੀ ਇਹ ਤਾਂ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਅਬੀ ਜਾਤਰੀਕ ਅਬੀ ਜਾਤਰੀਕ ਜਿਹੜੀ ਪਿਕਚਰ ਹੈ ਜੋ ਕਿ ਬੰਗਾਲੀ ਫਿਲਮ ਦੀ ਤਾਂ ਇਸ ਨੂੰ 베ਸਟ ਬੰਗਾਲੀ ਫਿਲਮ ਅਵਾਰਡ ਮਿਲਿਆ ਨੈਕਸਟ ਆਪਾਂ ਦੇਖਦੇ ਹਾਂ 12 ਨੰਬਰ 베ਸਟ ਪੌਪੂਲਰ ਫਿਲਮ ਦਾ ਅਵਾਰਡ ਕਿਸ ਨੂੰ ਮਿਲਿਆ 베ਸਟ ਪੌਪੂਲਰ ਫਿਲਮ ਦਾ ਅਵਾਰਡ ਤਾਂ 12 ਨੰਬਰ ਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਤਾਣਾ ਜੀ ਦਾ ਅਣਸੰਗ ਵਾਰੀਅਰ ਤਾਣਾ ਜੀ ਦਾ ਅਣਸੰਗ ਵਾਰੀਅਰ ਜਿਹੜੀ ਪਿੱਕਚਰ ਆ ਤਾਂ ਇਸ ਨੂੰ 베ਸਟ ਪਪੂਲਰ ਫਿਲਮ ਦਾ ਵਾਰਡ ਮਿਲਿਆ ਤਾਂ B ਇੱਥੇ ਬਿਲਕੁਲ ਸਹੀ ਆਨਸਰ ਹੋਵੇਗਾ ਇਹਦੇ ਨਿਰਦੇਸ਼ਕ ਪੁੱਛੇ ਜਾ ਸਕਦੇ ਹਨ ਇਹਦੇ ਨਿਰਦੇਸ਼ਕ ਸਨ ਓਮ ਰਾਉਤ ਠੀਕ ਹੈ ਨੈਕਸਟ ਆਪ ਦੇਖਦੇ ਹਾਂ 68ਵੇਂ ਰਾਸ਼ਟਰੀ ਫਿਲਮ ਵਾਰਡ ਵਿੱਚ 베ਸਟ ਲਿਰਿਕਸ ਦਾ ਪੁਰਸਕਾਰ ਕਿਸ ਨੂੰ ਮਿਲਿਆ ਸੋ ਗੱਲ ਕੀਤੀ ਜਾ ਰਹੀ ਹੈ ਲਿਰਿਕਸ ਦੀ ਤਾਂ ਇਹ ਦਾ ਜਿਹੜਾ ਸਹੀ ਆਂਸਰ ਬਣੇਗਾ 13 ਦਾ ਉਹ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਮਨੋਜ ਮੁਤਸ਼ਿਰ ਮਨੋਜ ਮੁਤਸ਼ਿਰ ਨੂੰ ਬੈਸਟ ਲਿਰਿਕਸ ਦਾ ਪੁਰਸਕਾਰ ਮਿਲਿਆ ਠੀਕ ਹੈ ਕਿਹੜੀ ਪਿੱਕਚਰ ਦੇ ਲਈ ਮਿਲਿਆ ਤਾਂ ਫਿਰ ਤੁਸੀਂ ਆਂਸਰ ਟਿਕ ਕਰਕੇ ਆਉਣਾ ਮਾਇਨਾ ਠੀਕ ਹੈ ਮਾਇਨਾ ਪਿੱਕਚਰ ਹੈ ਤਾਂ ਇਸ ਪਿੱਕਚਰ ਦੇ ਲਈ ਇਹਨਾਂ ਨੂੰ ਬੈਸਟ ਲਿਰਿਕਸ ਦਾ ਪੁਰਸਕਾਰ ਮਿਲਿਆ ਨੈਕਸਟ ਰਾਸ਼ਟਰੀ ਫਿਲਮ ਅਵਾਰਡ ਦੌਰ ਬਾਈ ਵਿੱਚ ਬੈਸਟ ਪਲੇਬੈਕ ਸਿੰਗਰ ਦਾ ਅਵਾਰਡ ਕਿਸ ਨੂੰ ਮਿਲਿਆ ਹੈ ਸੋ ਗੱਲ ਕੀਤੀ ਜਾ ਰਹੀ ਹੈ ਪਲੇਬੈਕ ਸਿੰਗਰ ਆ ਵੀ ਕੁਸ਼ਨ ਇਗਜ਼ਾਮ ਦੇ ਵਿੱਚ ਬਣ ਸਕਦਾ ਬਹੁਤ ਹੀ ਜ਼ਾਤਾ ਮਹੱਤਵਪੂਰਨ ਰਹੇਗਾ ਤਾਂ ਇਹ ਦਾ ਜਿਹੜਾ ਸਹੀ ਆਨਸਰ ਬਣੇਗਾ 14 ਦਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਰਾਹੁਲ ਦੇਸ਼ पांडे ਰਾਹੁਲ ਦੇਸ਼ पांडे ਨੂੰ ਪਲੇਬੈਕ ਸਿੰਗਰ ਦਾ ਅਵਾਰਡ ਮਿਲਿਆ ਤਾਂ ਇਹ ਇੱਥੇ ਸਹੀ ਆਨਸਰ ਬਣੇਗਾ ਰਾਸ਼ਟਰੀ ਫਿਲਮ ਅਵਾਰਡ 2022 ਵਿੱਚ ਸਰਵ ਉਤਮ ਗੀਤ ਕਿਹੜਾ ਚੁਣਿਆ ਗਿਆ ਸੋ ਇੱਥੇ ਸੌਂਗ ਦੀ ਗੱਲ ਕੀਤੀ ਜਾ ਰਹੀ ਇੱਕੋ ਸੌਂਗ ਚੁਣਿਆ ਗਿਆ ਸਿਗਾ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਸੌਂਗ ਪੁੱਛਿਆ ਜਾ ਸਕਦਾ ਹੈ ਇਗਜ਼ਾਮ ਦੇ ਵਿੱਚ ਇਹ ਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਸਾਇਨਾ ਸਾਇਨਾ ਇੱਕ Song ਹੈ ਤਾਂ ਪਿੱਕਚਰ ਵੀ ਹੈ ਵੈਸੇ ਤਾਂ ਸਾਇਨਾ ਇੱਕ Song ਵੀ ਹੈ ਤਾਂ ਇਸ ਨੂੰ ਰਾਸ਼ਟਰੀ ਫਿਲਮ ਵਾਰਡ 22 ਵਿੱਚ ਸਰਵ ਉਤਮ ਗੀਤ ਚੁਣਿਆ ਗਿਆ ਤਾਂ ਇਹ ਇੱਥੇ ਸਹੀ ਆਨਸਰ ਬਣੇਗਾ ਨੈਕਸਟ ਰਾਸ਼ਟਰੀ ਫਿਲਮ ਵਾਰਡ 22 ਵਿੱਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਵਾਰਡ ਕਿਸ ਨੂੰ ਮਿਲਿਆ ਫੀਮੇਲ ਪਲੇਬੈਕ ਸਿੰਗਰ ਦਾ ਵਾਰਡ ਆਪਣੇ ਕੋਲ ਖੋਸ਼ ਨੂੰ ਪੁੱਛਿਆ ਗਿਆ ਤਾਂ ਇਹ ਦਾ ਆਪਣੇ ਕੋਲ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਨਚਮਾ ਨੇ ਚੰਮਾ ਜੜੀ ਪਿਕਚਰ ਹੈ ਤਾਂ ਇਸ ਨੂੰ 베ਸਟ ਫੀਮੇਲ ਪਲੇ ਬੈਕ ਸਿੰਗਰ ਦਾ ਅਵਾਰਡ ਮਿਲਿਆ ਤਾਂ ਹਾਂਜੀ ਨੈਕਸਟ ਆਪਾਂ ਮੂਵ ਕਰਦੇ ਹਾਂ 68ਵੇਂ ਰਾਸ਼ਟਰੀ ਫਿਲਮ ਅਵਾਰਡ ਦੌਰਾਈ ਵਿੱਚ 베ਸਟ ਬੁੱਕ ਔਨ ਸਿਨੇਮਾ ਦਾ ਅਵਾਰਡ ਕਿਸ ਨੂੰ ਮਿਲਿਆ ਹੈ ਹਾਂਜੀ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਦਾ ਲੌਂਗੇਸਟ ਕਿਸ ਦਾ ਲੌਂਗੇਸਟ ਜਿਹੜੀ ਕਿਸ ਹੈ ਤਾਂ ਇਸ ਨੂੰ ਬੈਸਟ ਬੁੱਕ ਔਨ ਸਿਨੇਮਾ ਦਾ ਅਵਾਰਡ ਮਿਲਿਆ ਹੈ ਤਾਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਟੀ ਇਸ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਕੁਐਸਚਨ ਬਣ ਸਕਦਾ ਹੈ ਇਗਜ਼ਾਮ ਦੇ ਵਿੱਚ ਜਦੋਂ ਰਾਸ਼ਟਰੀ ਫਿਲਮ ਅਵਾਰਡ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ ਸਭ ਤੋਂ ਪਹਿਲਾਂ ਕਿਹੜੀ ਫਿਲਮ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀਗਾ ਆਹ ਕੁਐਸਚਨ ਇਗਜ਼ਾਮ ਦੇ ਵਿੱਚ ਜ਼ਰੂਰ ਬਣ ਸਕਦਾ ਹੈ ਤਾਂ ਇਹਦਾ ਆਪਣੇ ਕੋਲ ਜਿਹੜਾ ਸਹੀ ਆਨਸਰ ਬਣੇਗਾ 18 ਨੰਬਰ ਦਾ ਉਹ ਬਣੇਗਾ অপশন নাম্বার এ মানে কি নেম ਥੋੜਾ ਲੱਗ ਜਾ ਸ਼ਿਆ ਮਚੀ ਆਈ ਸ਼ਿਆ ਮਚੀ ਆਈ ਇੱਕ ਪਿੱਕਚਰ ਸੀਗੀ ਜੋ ਕਿ ਮਰਾਠੀ ਭਾਸ਼ਾ ਦੀ ਪਿੱਕਚਰ ਸੀ ਕਿਹੜੀ ਭਾਸ਼ਾ ਦੀ ਪਿੱਕਚਰ ਸੀ ਮਰਾਠੀ ਭਾਸ਼ਾ ਦੀ ਠੀਕ ਹੈ ਤਾਂ ਇਸ ਨੂੰ ਸਭ ਤੋਂ ਪਹਿਲਾਂ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀਗਾ ਤਾਂ ਇਹ ਬਿਲਕੁਲ ਸਹੀ ਆਨਸਰ ਬਣੇਗਾ ਕਦੋਂ 1954 ਦੇ ਵਿੱਚ ਤਾਂ ਇਹ ਇੱਥੇ ਸਹੀ ਆਨਸਰ ਬਣੇਗਾ ਦੌਰ 19 ਵਿੱਚ ਸੌਰੀ ਦੌਰ 21 ਵਿੱਚ ਸ਼ਿਸ਼ੋਰੇ ਨੂੰ ਮਿਲਿਆ ਸੀ ਠੀਕ ਹੈ 21 ਦੇ ਵਿਤਾਰ ਵਿੱਚ ਰੱਖ ਸਕਦੇ ਹੋ ਸ਼ਿਸ਼ੋਰੇ ਪਿੱਕਚਰ ਨੂੰ ਮਿਲਿਆ ਸੀਗਾ ਨੈਕਸਟ ਦੇਖਦੇ ਆ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੌਰ 22 ਵਿੱਚ ਸਰਵ ਉੱਤਮ ਬਾਲ ਫਿਲਮ ਕਿਹੜੀ ਸੀਗੀ ਸੋ ਗੱਲ ਕੀਤੀ ਜਾ ਰਹੀ ਹੈ ਬਾਲ ਫਿਲਮ ਦੀ ਤਾਂ ਇਹ ਤਾਂ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਯਾਨੀ ਕਿ ਸੁਮੀ ਸੁਮੀ ਨਾਮ ਦੀ ਇੱਕ ਫਿਲਮ ਹੈ ਜੋ ਕਿ ਬਾਲ ਫਿਲਮ ਹੈ ਤਾਂ ਇਸ ਨੂੰ ਸਰਵ ਉੱਤਮ ਬਾਲ ਫਿਲਮ ਦਾ ਅਵਾਰਡ ਮਿਲਿਆ ਹੈ ਤਾਂ ਇਹ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਪੰਜਾਬੀ ਦੀ ਕਿਹੜੀ ਫਿਲਮ ਨੂੰ ਰਾਸ਼ਟਰੀ ਅਵਾਰਡ ਮਿਲਿਆ ਸੀਗਾ ਮਿਲਿਆ ਸੀ ਮਾ ਤੀਜਾ ਪੰਜਾਬ ਉੱਚਾ ਪਿੰਡ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਆਪਣੇ ਕੋਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਇਹਨਾਂ ਵਿੱਚੋਂ ਕੋਈ ਨਹੀਂ ਪੰਜਾਬੀ ਦੀ ਕੋਈ ਵੀ ਫਿਲਮ ਨੂੰ ਅਵਾਰਡ ਨਹੀਂ ਮਿਲਿਆ ਦੁਰਬਾਈ ਵਿੱਚ ਕਿਉਂਕਿ ਪੰਜਾਬੀ ਜਿਹੜੀਆਂ ਪਿਕਚਰਾਂ ਹਨ ਉਹ ਬਹੁਤ ਘੱਟ ਪਹੁੰਚਦੇ ਹਨ ਰਾਸ਼ਟਰੀ ਵਾਰਡ ਦੇ ਵਿੱਚ ਜਿਆਦਾਤਰ ਤੁਹਾਨੂੰ ਪਤਾ ਫਨੀ ਪਿਕਚਰ ਹੁੰਦੀਆਂ ਹਨ ਤਾਂ ਬਹੁਤ ਘੱਟ ਪਹੁੰਚਦੇ ਹਨ ਵੈਸੇ ਜਿਹੜੀ ਅੰਨੇ ਕੋੜੇ ਦਾ ਦਾਨ ਪਿਕਚਰ ਹੈ ਤਾਂ ਉਸ ਨੂੰ ਰਾਸ਼ਟਰੀ ਫਿਲਮ ਅਵਾਰਡ ਮਿਲਿਆ ਹੋਇਆ ਹੈ ਠੀਕ ਹੈ ਅੰਨੇ ਕੋੜੇ ਦਾ ਦਾਨ ਉਹ ਇੱਕ ਪਿਕਚਰ ਹੈ ਤਾਂ ਉਸ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੋ ਉਸ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਵੈਸੇ ਹੋਰ ਵੀ ਕਾਫੀ ਪਿਕਚਰ ਹਨ ਜਿਸ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਸੋ ਇਹ ਸੀਗੇ ਕੁਝ ਮਹੱਤਵਪੂਰਨ ਕੁਐਸਚਨ ਸੋ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਐਗਜ਼ਾਮ 'ਚ ਕੁਐਸਚਨ ਬਣ ਸਕਦਾ ਹੈ ਅੱਜ ਅੱਗੇ ਕੁਝ ਹੋਰ ਪੁਆਇੰਟ ਆਪਣੇ ਕੋਲ ਦਿੱਤੇ ਹੋਏ ਹਨ ਅਵਾਰਡ ਵਿਜੇਤਾ ਫਿਲਮਾਂ ਠੀਕ ਹੈ ਕੰਨੜ ਫਿਲਮ ਕਿਹੜੀ ਸੀਗੀ ਡੋਲੂ ਮਰਾਠੀ ਫਿਲਮ ਕਿਹੜੀ ਸੀਗੀ ਕੋਸ਼ਟ ਏਕਾ 65 ਨਾਚੀ ਤੇਲਗੂ ਫਿਲਮ ਸੀਗੀ ਕਲਰ ਫੋਟੋ ਅਸਾਮੀ ਫਿਲਮ ਸੀ ਬ੍ਰਿਜ ਹਰਿਆਣਵੀ ਫਿਲਮ ਸੀ ਦਾਦਾ ਲਖਮੀ ਤੇ ਤੁਲੂ ਫਿਲਮ ਸੀਗੀ ਜੀਤੀ ਗਈ ਠੀਕ ਹੈ ਇਹ ਕੁਝ ਪਿਕਚਰਾਂ ਸਨ ਤਾਂ ਇਹਨਾਂ ਨੂੰ ਅਵਾਰਡ ਮਿਲਿਆ ਰਾਸ਼ਟਰੀ ਫਿਲਮ ਪੁਰਸਕਾਰ ਅਵਾਰਡ ਮਿਲਿਆ ਠੀਕ ਹੈ ਤਾਂ ਇਹਨਾਂ ਨੂੰ ਤੁਸੀਂ ਯਾਦ ਦੇ ਵਿੱਚ ਜ਼ਰੂਰ ਰੱਖਣਾ ਹੈ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਪਲੀਜ਼ ਇੱਕ ਵਾਰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਕੇ ਜਾਣਾ ਹੈ ਬਾਕੀ ਜਿਹੜੇ ਵਿਦਿਆਰਥੀ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਵੋ ਤਾ ਜੋ ਅੱਗੇ ਆਉਣ ਵਾਲੀਆਂ ਹਰ ਇੱਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲਦਾ ਰਹੇ ਇਸ ਤਰ੍ਹਾਂ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ ਉੱਥੇ ਤੁਹਾਨੂੰ ਕੁਝ ਪੀਡੀਐਫ ਪ੍ਰੋਵਾਈਡ ਕਰਾਈਆਂ ਜਾਂਦੀਆਂ ਹਨ ਟੈਲੀਗ੍ਰਾਮ ਚੈਨਲ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਾਈ ਹੋਈ ਹੈ ਤਾਂ ਉਸ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਉੱਥੇ ਤੁਹਾਨੂੰ ਕੁਝ ਪੀਡੀਐਫ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਐਂਡ ਕੁਇਜ਼ ਵੀ ਉੱਥੇ ਚਲਾਈ ਜਾਂਦੀ ਹੈ ਸੋ ਉਸਨੂੰ ਤੁਸੀਂ ਜਰੂਰ ਜੁਆਇਨ ਕਰਨਾ ਹੈ ਬਾਕੀ ਜੇਕਰ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਹਾਂ ਉਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਕੇ ਜਾਂ WhatsApp ਦੇ ਥਰੂ ਮੈਸੇਜ ਕਰਕੇ ਨੋਟਸ ਵੀ ਲੈ ਸਕਦੇ ਹੋ ਸੋ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚੋਂ ਥੈਂਕ ਯੂ